ਪਾਣੀ ਤੇ ਪਾਣੀ ਪੀਣ ਲੱਗਾ ਤੋਂ ਫੜ ਲਿਆ ਸੀ ਪਾਣੀ ਤੇ ਮੋਹਰਾਂ ਹਾਂ ਪੂੰਛਲ ਤੇ ਮੋਹਰਾਂ ਲੱਗੀਆਂ ਦੋ। ਅਸਲਾਮ ਵਾਲੇਕੁਮ ਜੀ, ਵੈਲਕਮ ਟੂ ਬੈਕ ਟੂ ਦ ਨਿਊ ਵੀਡੀਓ ਦੋਸਤੋ, ਕੀ ਹਾਲ ਚਾਲ ਹੈ? ਠੀਕ ਹੋ? ਮੈਂ ਸ਼ਨੀ ਤੁਹਾਡਾ ਦੋਸਤ ਫਰੋਮ ਫੈਸਲਾਬਾਦ ਜੀ। ਲਓ ਜੀ ਦੋਸਤੋ, ਉਸਤਾਦ ਚਿੜੀ ਮਾਰ ਸਾਹਿਬ ਉੱਤੇ ਵਿੱਚ ਲੱਕੇ ਲੱਠੇ ਵਿੱਚ ਹੀ ਕਾਂ ਬੈਠੇ ਹੋਏ ਆ ਸਾਰੇ। ਕਿਆ ਹੀ ਬਾਤ ਹੈ ਜੀ, ਜ਼ਬਰਦਸਤ। ਠੀਕ ਹੋ ਗਿਆ, ਆਹ ਮਾਹੌਲ ਚੈੱਕ ਕਰੋ, ਏਰੀਆ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ। ਠੀਕ ਹੋ ਗਿਆ ਜੀ, ਉੱਪਰ ਆਪਾਂ ਵੀ ਛੱਡੇ ਆ ਫਿਲਹਾਲ, ਕਾਂ ਸ਼ਾਂ ਨਹੀਂ ਬੈਠੇ ਆਪਣੇ, ਉੱਧਰ ਕਾਂ ਸ਼ਾਂ ਬੈਠੇ ਹੋਏ ਆ। ਚਲੋ ਉਹ ਵੀ ਆਪਣੀ ਛਾਤੀ ਆ ਭਾਈ, ਆਹ ਜਾਲ ਖਾਲੀ ਆ, ਆਹ ਦੇਖੋ ਜਾਲ ਤੋਂ ਕਬੂਤਰ ਕਿੱਦਾਂ ਉਤਰਨ ਡੇ, ਚੈੱਕ ਕਰੋ ਮਾਹੌਲ। ਠੀਕ ਹੋ ਗਿਆ, ਵੀਡੀਓ ਜ਼ਰਾ ਲਾਸਟ ਆ, ਦੇਖਿਓ ਮਜ਼ਾ ਆਊਗਾ ਇਨਸ਼ਾਅੱਲਾ। ਅਤੇ ਬਾਕੀ ਤੱਕ ਦੋ ਬੱਚੇ ਆ ਅਤੇ ਇੱਕ ਕਬੂਤਰ ਹੁਣੀ ਫੜਿਆ ਹੀ ਆ, ਤੁਹਾਨੂੰ ਉਹਦਾ ਵੀ ਰਿਵਿਊ ਕਰਵਾਉਣਾ ਵਾ। ਪਹਿਲੇ ਤਾਂ ਤੁਹਾਨੂੰ ਉੱਤੋਂ ਛੱਤ ਤੋਂ ਦਿਖਾਉਂਦਾ ਵਾ, ਦਾਣੇ ਸਿੱਟ ਕੇ ਕਬੂਤਰ ਦੇ, ਤੁਹਾਨੂੰ ਚੈੱਕ ਕਰਾਉਂਦਾ ਕੈਸੇ ਕੈਸੇ ਆ ਫੜੇ ਹੋਏ। ਵੀਡੀਓ ਜ਼ਰਾ ਲਾਸਟ ਆ ਦੇਖਿਓ, ਆਹ ਦੇਖਿਓ ਭਾਈ ਜੀ, ਕਬੂਤਰ ਚੈੱਕ ਕਰਿਓ ਵੱਧ ਤੋਂ ਵੱਧ। ਆਹ ਦੇਖੋ ਉਸਤਾਦ ਜੀ, ਦਾਣਿਆਂ ਦੇ ਭੁੱਖੇ ਇਸ ਟਾਈਮ, ਦਾਣਾ ਇੱਕ ਟਾਈਮ ਹੀ ਪਾਈਦਾ ਵਾ। ਆਹ ਦੇਖੋ ਉੱਤੋਂ ਉਤਰਨ ਡੇ ਇਕੱਲੇ ਇਕੱਲੇ। ਆਹ ਛੱਤ ਦਾ ਰਿਵਿਊ ਕਰਵਾਉਣਾ ਉੱਪਰੋਂ ਛੱਤੋਂ, ਦੇਖੋ ਆਹ ਦੇਖੋ ਆਹ ਜੀ ਆਪਣੇ ਕਬੂਤਰ। ਆਹ ਦੇਖੋ ਤੁਹਾਨੂੰ ਵਿੱਚ ਮੋਹਰਾਂ ਛੋਹਰਾਂ ਵੀ ਫੜਿਆ ਤੁਹਾਨੂੰ ਦਿਖਾਉਣਾ ਵਾ। ਅਤੇ ਆਹ ਦੇਖੋ ਵੀ ਮੋਹਰ ਵਾਲੀ ਕਬੂਤਰੀ ਫੜੀ ਸੀਗੀ। ਠੀਕ ਹੋ ਗਿਆ, ਪੁਰਾਣੀ ਮੋਹਰ ਪਤਾ ਨਹੀਂ ਪੱਟੀ ਗਈ ਆ, ਹੈਗੀ ਆ ਆਹ ਵੀ ਮੋਹਰ ਵਾਲੀ ਕਬੂਤਰੀ ਫੜੀ ਸੀ। ਠੀਕ ਹੋ ਗਿਆ, ਹਾਈ ਫਲਰ ਇੱਕ ਆਹ ਕਬੂਤਰ ਫੜਿਆ, ਦੋਸਤ ਨੇ ਸੱਚ ਗਿਫਟ ਵੀ ਦਿੱਤਾ ਸੀ ਜਿਹੜਾ, ਆਹ ਚੈੱਕ ਕਰੋ ਇਹ ਵੀ ਹਾਈ ਫਲਰ। ਠੀਕ ਹੋ ਗਿਆ, ਚੈੱਕ ਕਰੋ ਉਸਤਾਦ ਜੀ, ਵੱਧ ਤੋਂ ਵੱਧ ਕਬੂਤਰ ਚੈੱਕ ਕਰੋ, ਉਤਲਾ ਮਾਹੌਲ ਤੁਹਾਨੂੰ ਚੈੱਕ ਕਰਾਉਣਾ। ਆਹ ਦੇਖੋ ਜਰਾ, ਆਹ ਦੇਖੋ ਆਹ ਵੀ ਮੋਹਰ ਲੱਗੀ ਸੀ ਕਬੂਤਰ ਦੇ, ਪੰਜ ਚਾਰ ਅਤੇ ਦੋ ਤਿੰਨ ਕਬੂਤਰ ਇਹਨਾਂ ਦੇ ਮੋਹਰਾਂ ਲੱਗੀਆਂ ਸੀਗੀਆਂ, ਅਤੇ ਬਾਕੀ ਆਹ ਬੈਠੇ ਸ਼ਾਹਜਾਲਾਂ ਦੇ ਰਸਤਾ ਜੀ। ਆਹ ਦੇਖਿਓ ਠੀਕ ਹੋ ਗਿਆ, ਹੁਣ ਤੁਹਾਨੂੰ ਦਿਖਾਉਂਦਾ ਵਾ ਉਹਨਾਂ ਦਾ ਜਿਹੜੇ ਫੜੇ ਆ, ਫੜਿਆਂ ਦਾ ਤੁਹਾਨੂੰ ਸ਼ੋਅ ਕਰਾਉਂਦਾ। ਦੇਖੋ ਫੱਟੀਆਂ ਛੱਟੀਆਂ ਲਾਈਆਂ, ਇੱਥੇ ਕਬੂਤਰ ਆ ਕੇ ਬਹਿ ਜਾਂਦੇ ਆ, ਦੋ ਬੱਚੇ ਆ ਅਤੇ ਫੱਟੀਆਂ ਥਾਂ ਕਬੂਤਰ ਆ, ਮਜ਼ਾ ਆਊਗਾ ਉਸਤਾਦ ਜੀ। ਵੀਡੀਓ ਦਾ ਲਾਸਟ ਆ ਦੇਖਿਓ, ਆਈ ਆ ਆਹ ਦੇਖਿਓ, ਬੰਦ ਕਰ ਦੇਣਾ ਸਭ ਨੂੰ। ਪਹਿਲੇ ਤੁਹਾਨੂੰ ਆਹ ਕਬੂਤਰ ਦਾ ਸ਼ੋਅ ਕਰਾਉਂਦੇ ਜਿਹੜਾ ਹੁਣ ਫੜਿਆ, ਬਾਅਦ 'ਚ ਤੁਹਾਨੂੰ ਬੱਚਿਆਂ ਦਾ ਸ਼ੋਅ ਕਰਾਉਂਦੇ ਹਾਂ, ਇੱਧਰ ਆਈ ਆ। ਆਹ ਕਬੂਤਰ ਉਸਤਾਦ ਜੀ ਹੁਣ ਫੜਿਆ ਸੀ, ਅਸੀਂ ਉੱਪਰ ਬੈਠਾ ਸੀਗਾ, ਮੈਂ ਬਾਹਰ ਗਿਆ ਸੀ, ਰਾਤ ਹੀ ਥੱਲੇ ਉਤਰਿਆ ਸੀ, ਆਹ ਪਾਣੀ ਤੋਂ ਪਾਣੀ ਪੀਣ ਲੱਗਾ ਤੋਂ ਫੜ ਲਿਆ ਸੀ ਪਾਣੀ ਤੋਂ। ਠੀਕ ਹੋ ਗਿਆ ਜੀ, ਇਹਦੇ ਮੋਹਰਾਂ ਹਾਂ ਪੂੰਛਲ ਤੇ, ਹਾਂ ਮੇਰਾ ਖਿਆਲ ਇੱਥੇ ਸ਼ਾਇਦ ਦੋ ਕੀ ਮੋਹਰਾਂ ਲੱਗੀਆਂ ਹੋਣੀਆਂ, ਇੱਕ ਆਹ ਲੱਗੀ ਆ ਅਤੇ ਘਾਹ ਉੱਪਰ ਲੱਗੀ ਹੋਈ ਆ ਇੱਕ ਟਿੱਕੀ ਤੇ। ਆਹ ਦੇਖੋ ਆਹ ਮੋਹਰਾਂ ਲੱਗੀਆਂ ਦੋ, ਅਤੇ ਪਰ ਦਾ ਸ਼ੋਕਰ ਆ ਖੋਲ੍ਹ ਕੇ, ਆਹ ਦੇਖੋ ਪਰ ਦਾ ਸ਼ੋਕਰ, ਹਾਈ ਫਲਾਇਰ ਕਬੂਤਰਾਂ 'ਚੋਂ ਆਇਆ ਬਣਿਆ ਵਾ ਅਤੇ ਹਾਈ ਫਲਾਇਰ ਹੀ ਆ ਫਿਲਹਾਲ, ਦੂਆ ਪਰ ਦਾ ਸ਼ੋਕਰ ਆ, ਬਹੁਤ ਹੀ ਅੱਛਾ ਕਬੂਤਰ ਆ, ਤਸੱਲੀ ਨਾ ਕਰਾ। ਆਹ ਦੇਖੋ ਨਾ ਉਸਤਾਦ ਜੀ, ਆਹ ਪਰ ਦਾ ਸ਼ੋਅ ਕਰੋ, ਆਹ ਪਰ ਹੁੰਦਾ ਪ੍ਰਵਾਜ਼ੀ, ਅੱਛਾ ਆਹ ਦੇਖੋ ਪਰ ਦੇ ਪਰ ਚੜ੍ਹਿਆ ਨਾ ਕਬੂਤਰ ਦੇ, ਪਰ ਦੇ ਵਿੱਚ ਬਿਰਲ ਨਹੀਂ ਹੈਗੀ, ਮਸਲੀ ਕਿ ਇਹਦੇ ਵਿੱਚ ਹਵਾ ਗਰਾਸ ਨਹੀਂ ਹੋਣੀ, ਆਹ ਤੁਹਾਨੂੰ ਪੱਲੇ ਦਾ ਤਰੀਕੇ ਨਾਲ ਸ਼ੋਅ ਕਰਵਾਉਂਦੇ ਹਾਂ। ਦੇਖੋ ਜਰਾ ਇਹਦੇ ਵਿੱਚ ਹਵਾ ਗਰਾਸ ਨਹੀਂ ਹੋਣੀ, ਕਬੂਤਰ ਨੇ ਆਪ ਹੀ ਜ਼ੋਰ ਘੱਟ ਮਾਰਨਾ, ਇਹੀ ਅੱਛੇ ਕਬੂਤਰ ਦੀ ਨਿਸ਼ਾਨੀ ਹੁੰਦੀ ਹੈ, ਚੈੱਕ ਕਰੋ ਜਰਾ। ਅਤੇ ਪੰਜਿਆਂ ਦਾ ਸ਼ੋਅ ਕਰਵਾਉਂਦੇ ਹਾਂ ਤੁਹਾਨੂੰ, ਆਹ ਦੇਖੋ ਪੰਜੇ, ਮਾਸ਼ਾਅੱਲਾ ਜੀ ਕਿਆ ਬਾਤ ਆ, ਦੇਖੋ ਪੰਜੇ ਕਾਲੇ ਸਿਆਹ ਪੰਜੇ ਆ, ਅੱਖ ਦਾ ਸ਼ੋਅ ਕਰਾਈਏ ਨਾਜ਼ਰੀ, ਅੱਖ ਦਾ ਸ਼ੋਅ ਕਰੋ, ਬੱਚੇ ਬੜੇ ਕਿਸੇ ਨੇ ਘੱਲੇ ਆ, ਜ਼ਬਰਦਸਤ ਬੱਚੇ ਆ, ਦੇਖੋ ਜਰਾ ਉਹ ਤੁਹਾਨੂੰ ਬੱਚਿਆਂ ਦਾ ਸ਼ੋਅ ਕਰਾਉਣਾ, ਹਾਲੇ ਨਹੀਂ ਕਿੰਨੇ ਕੇ ਆ, ਬਿਲਕੁਲ ਉਡਾਰੀਆਂ ਦੇਖ ਲਓ ਕਿਸ ਤਰ੍ਹਾਂ ਮਾਰਦੇ ਆ, ਸ਼ੁਕਰਾਨੇ ਸ਼ੋਅ ਤੁਹਾਨੂੰ। ਆਹ ਦੇਖੋ ਅੱਖ ਦਾ ਸ਼ੋਅ ਕਰੋ,
ਦੇਖੋ ਜੀ ਅੱਖ ਦਾ ਸ਼ੋਅ ਕਰੋ, ਕਬੂਤਰ ਦੀ ਸਾਜੀ ਅੱਖ ਹੀ ਬੜੀ ਲਾਜਵਾਬ ਆ। ਛੱਡ ਤੇਰਾ ਉੱਪਰ ਨੂੰ ਆ, ਤੈਨੂੰ ਫੱਟੀ 'ਤੇ ਛੱਡ ਕੇ ਸ਼ੋਅ ਨੂੰ ਸ਼ੋਅ ਕਰਾਉਂਦੇ ਹਾਂ। ਦੇਖੋ ਕਬੂਤਰ ਦੀ ਬੇਲਟ ਹੈ, ਦੇਖੋ ਬੱਚਾ ਫੜ ਲਾ ਇੱਕ, ਹੁਣ ਤੁਹਾਨੂੰ ਇੱਕ ਫੜ ਲਾ, ਇੱਕ ਇੱਕ ਫੜ ਲਾ ਬਸ, ਠੀਕ ਆ। ਇੱਧਰ ਆ ਗਿਆ, ਇਹਨੂੰ ਬਾਅਦ 'ਚ ਤੁਹਾਨੂੰ ਸ਼ੋਅ ਕਰਾਉਂਦੇ ਇਹਦਾ, ਚਿੜੀ ਦਾ। ਇਹ ਚਿੜੀ ਮਾਦੀ ਹੈ ਜੀ, ਆਹ ਪੱਠਾ ਅਨਾਰ ਆ, ਆਹ ਮਾਦੀ ਆ, ਆਹ ਪੱਠਾ ਵਾ। ਆਹ ਦੇਖੋ ਪਹਿਲੇ, ਸਭ ਤੋਂ ਪਹਿਲੇ ਅੱਖ ਦਾ ਕਲੋਜ਼ਅਪ ਕਰੋ। ਵਾਹ ਜੀ ਵਾਹ, ਕਿਆ ਬਾਤ ਉਸਤਾਦ ਜੀ, ਪਰ ਦਾ ਵੀ ਸ਼ੋਅ ਕਰਾ ਦਾ ਤੁਹਾਨੂੰ। ਉਂਗਲ ਇਹਦੇ ਵਿੱਚ ਨਾ ਫਸਾਇਆ ਕਰ, ਉਂਗ ਸਿਰਫ ਪਰ ਫੜਿਆ ਕਰ ਇੱਦਾਂ। ਆਹ ਦੇਖੋ ਉਸਤਾਦ ਜੀ ਪੱਲੇ ਦਾ ਸ਼ੋਅ ਕਰੋ, ਛੋਟਾ ਚੀਕ ਜਿਹਾ ਬੱਚਾ ਵਾ, ਦੂਏ ਪੱਲੇ ਦਾ ਸ਼ੋਅ ਕਰਾ। ਆਹ ਦੇਖੋ ਉਸਤਾਦ ਜੀ, ਆਹ ਪੱਲੇ ਦਾ ਸ਼ੋਅ ਕਰੋ, ਆਹ ਪਰੀਆਂ ਦੇਖੋ ਇਹਦੀਆਂ। ਹੁਣ ਤੁਹਾਨੂੰ ਮੈਂ ਅੱਖ ਦਾ ਕਲੋਜ਼ਅਪ ਕਰਕੇ ਸ਼ੋਅ ਕਰਾਉਂਦਾ। ਆਹ ਦੇਖੋ ਇੱਧਰ ਅੱਖ, ਅਤੇ ਛੱਡ ਕੇ ਵੀ ਨਹੀਂ ਚੱਲਦਾ ਤੁਹਾਨੂੰ ਐਂਡ 'ਤੇ ਬਕਾਇਦਾ ਇਸ ਨਾਲ ਵਿਊ ਕਰਵਾਵਾਂਗਾ, ਉਹ ਵੀ ਚੈੱਕ ਕਰਿਓ। ਅੱਖ ਦਾ ਕਰ ਲਿਆ ਸ਼ੋਕ, ਪੰਜੇ ਦਿਖਾ ਦੇ, ਆਹ ਪੰਜੇ ਦੇ ਨਾਖੁਣ ਚੈੱਕ ਕਰੋ ਉਸਤਾਦ ਜੀ, ਖੁਸ਼ਕ ਨਾਖੁਣ ਛੱਡ ਦੇ ਆਰਾਮ ਨਾਲ, ਉਹ ਨਾਲ ਦਾ ਫੜ ਲਾ, ਉਹ ਫੜ ਲਾ। ਐਂ ਦੇਖੋ ਹਲੇ ਨਿੱਕੇ ਨਿੱਕੇ ਆ ਬਿਲਕੁਲ, ਚੁਕੁੰਦਰਾਂ ਅਤੇ ਉਡਾਰੀਆਂ ਮਾਰਦੇ ਆ ਉਸਤਾਦ ਜੀ। ਆਹ ਦੇਖੋ ਇਹਦੇ ਨਾਲ ਦੀ ਵੀ ਪੱਠੀ ਹੈ ਉਸਤਾਦ ਜੀ, ਬਹੁਤ ਲਾਜਵਾਹ ਪੱਠੀ ਹੈ ਜਨਾਬ। ਸਭ ਨੂੰ ਪਹਿਲੇ ਅੱਖ ਦਾ ਸ਼ੋਅ ਕਰਵਾਉਂਦੇ, ਇਹਨਾਂ ਦੇ ਵਿੱਚ ਅਕਲ ਬੇਬਾਸ਼ੁਮਾਰ ਆ, ਅਤੇ ਮਾਸ਼ਾਅੱਲਾ ਪਰਵਾਹ ਅੱਛੀ ਦੇ ਮਾਲਕ ਆ ਬੱਚੇ। ਆਹ ਦੇਖੋ ਸਰ, ਠੀਕ ਹੋ ਗਿਆ ਨਾਦਰੇ ਬਕਾਇਦਾ। ਆਹ ਦੇਖੋ ਦਾਗ ਵੀ ਚੈੱਕ ਕਰੋ ਬੱਚੇ ਦੇ ਕੈਸੇ ਆ। ਆਹ ਬੱਚੇ ਦੂਸਰੀ ਅੱਖ ਦਾ ਸ਼ੋਅ ਕਰੋ, ਪਰ ਖੋਲ੍ਹ ਕੇ ਦਿਖਾ, ਪਰਦਾ ਤਾਂ ਸੱਜੀ ਨਾ ਦਿਖਾਈ ਇਹ। ਹਾਂ ਇੱਦਾਂ ਹੀ ਖੋਲ੍ਹ ਜ਼ਰਾ, ਆਪਾਂ ਕਲੀਆਂ ਦੇ ਵਿੱਚ ਬੱਚੇ ਆ, ਦੇਖੋ ਪਹਿਲੀ ਪਹਿਲੀ ਕਲੀ ਦੇ, ਦੇਖੋ ਜ਼ਰਾ ਦੂਏ ਪੱਲੇ ਦਾ ਸ਼ੋਅ ਕਰਾਓ। ਆਹ ਦੇਖੋ ਜੀ ਦੂਏ ਪੱਲੇ ਦਾ ਸ਼ੋਅ ਕਰੋ, ਜ਼ਬਰਦਸਤ ਜੀ। ਹੁਣ ਦਿਖਾ ਦਾ ਪੰਜੇ ਦਿਖਾ ਦੇ। ਆਹ ਦੇਖੋ ਨਾਜ਼ਰੀਨ ਪੰਜਿਆਂ ਦੇ ਨਾਖੁਨ ਚੈੱਕ ਕਰੋ, ਬਹੁਤ ਲਾਜਵਾਬ ਨਾ, ਆਪਣਾ ਨਾਖੁਨ ਵੀ ਚੈੱਕ ਕਰੋ ਅਤੇ ਬਲੇਡ ਲਾਈਨ ਵੀ ਇਹਨਾਂ ਦੀ ਚੈੱਕ ਕਰੋ। ਨਾਖੁਨ ਦੇਖੋ ਕਿਸ ਤਰ੍ਹਾਂ ਤਲਵਾਰ ਤਰ੍ਹਾਂ ਬਣੇ ਹੋਏ ਆ, ਅੱਖ ਦਿਖਾਈ ਇਹਦੀ, ਬਸ ਠੀਕ ਹੈ ਛੱਡ ਦੇ। ਹੁਣ ਤੁਹਾਨੂੰ ਛੱਡ ਕੇ ਵਿਊ ਕਰਵਾਉਂਦੇ, ਆਹ ਜੀ ਬੱਚੇ ਉਸਤਾਦ ਜੀ ਚੈੱਕ ਕਰੋ। ਕੀ ਕਰਦੇ, ਬਿਲਕੁਲ ਛੋਟੇ ਆ। ਆਹ ਦੇਖੋ ਜ਼ਰਾ, ਹੁਣ ਲਾ ਉੱਪਰੋਂ ਥੱਲੇ, ਦੇਖੋ ਇੱਕ ਜਗ੍ਹਾ 'ਤੇ ਜਿੱਥੇ ਜਾਂਦਾ ਦੂਆ ਵੀ ਉੱਥੇ ਜਾਂਦਾ। ਆਹ ਦੇਖੋ ਆਹ ਬੱਚਾ ਜੀ, ਆਹ ਕਬੂਤਰ ਆ, ਉਹ ਪੱਲਾ ਬੱਚੇ ਬੱਚੇ ਨੂੰ ਐਨ ਕਰ ਥੋੜ੍ਹਾ ਹੀ ਆ, ਬਸ ਬਸ ਅਡਾਰੀਆਂ ਮਾਰਦੇ ਆ, ਦੇਖ ਲਓ ਨਾਲੇ ਚੀਂ ਚੀਂ ਕਰਦੇ ਆ, ਛੋਟੇ ਆ ਬਿਲਕੁਲ।